ऐक्शन माता भुली गई कम्मा घर सरपंच कन्नी जाना सी लो तो डीकता होगा फिर कह तू आई नहीं टाइम से एक्शन थोड़ा और मार दे चंड के रखना पैंदा इन्हां नूं फेर काम करदे ने एक्शन ਹੋਰ ਭਾਈ ਠੀਕ ਠਾਕ ਹੋ ਸਰਪੰਚਾ ਮੋਚਾ ਵਾ ਠੀਕ ਠਾਕ ਤੁਹਾਡੀ ਆਸਰਾ ਚਲੋ ਹੋਰ ਕੋਈ ਦੁੱਖ ਤਕਲੀਫ ਭਾਈ ਕਿਸੇ ਤਰ੍ਹਾਂ ਦੀ ਬਸ ਸਰਪੰਚਾ ਸੋਡੇ ਹੁੰਦੇ ਕੀ ਤਕਲੀਫ ਆ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ 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 ਕੋਈ ਲੋੜ ਹੋਵੇ ਤੁਹਾਨੂੰ ਅਸੀਂ ਆਪ ਕੇ ਆਵਾਂਗੇ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ ਕੋਈ ਦਿੱਕਤ ਆਉਂਦੀ ਹੈ ਮੇਰੇ ਮਹਾਰਾਜ ਦਰਵਾਜ਼ੇ ਸਦਾ ਤੁਹਾਡੇ ਲਈ ਖੁੱਲੇ ਨੇ ਸਰਪੰਚ ਸਾਹਿਬ ਤੁਹਾਡੇ ਹੀ ਆਸਰਾ ਚਾਹੀਦਾ ਬਾਕੀ ਬਸ ਬਾਕੀ ਇਹ ਸਰਕਾਰੀ ਜਗ੍ਹਾ ਹੈ ਕੋਈ ਟੈਨਸ਼ਨ ਨਹੀਂ ਲੈਣੀ ਮੋਜਾਂ ਨਾਲ ਰਹੋ ਠੀਕ ਹੈ ਸਰਪੰਚ ਸਾਹਿਬ ਬੈਠੇ ਆ ਦੱਸ ਦੇ ਨੂੰ ਰੇ ਹਾਂ ਕੋਈ ਦਿੱਕਤ ਪਰੇਸ਼ਾਨੀ ਹੈ ਮੈਨੂੰ ਠੀਕ ਹੈ ਸਰਪੰਚ ਸਾਹਿਬ ਮਿਲ ਲਿਓ ਮਿਲ ਲਾਂਗੇ ਤੁਹਾਨੂੰ ਕੋਈ ਠੀਕ ਆ ਭਾਈ ਐਕਸ਼ਨ ਲਾ ਮੈਂ ਤਾਂ ਕਿਹਾ ਕਿ ਤੇ ਮੇਰੇ ਕੰਨੀ ਨਾ ਆਉਣਿਆ ਤੁਸੀਂ ਵੀ ਮੈਨੂੰ ਦੇਖ ਲਿਆ ਤੁਸੀਂ ਤਾਂ ਇੱਧਰ ਵੜ ਗਏ ਉਹ ਤੈਨੂੰ ਕੀ ਦੇਖ ਲਿਆ ਤੂੰ ਤਾਂ ਆਪ ਸਤਾਬਦੀ ਵਾਂਗੂ ਭੱਜੀ ਹੋਣੀ ਐ ਇਹੋ ਜਿਹਾ ਕੀ ਹੋ ਗਿਆ ਉਹ ਹੋਇਆ ਤਾਂ ਕੁਝ ਨਹੀਂ ਮੈਂ ਤਾਂ ਗੱਲ ਕਰਨ ਆਈ ਸੀ ਕੀ ਗੱਲ ਵੀ ਹੁਣ ਨਾ ਜਨਾਨੀਆਂ ਇਕੱਠੀਆਂ ਹੋਈਆਂ ਹੋਈਆਂ ਨੇ ਮੇਰੇ ਲਈ ਅੱਛਾ ਤੇ ਹੁਣ ਤੁਸੀਂ ਉਹ ਕੰਮ ਕਿਵੇਂ ਕਰਨਾ ਦੱਸੋ ਮੈਨੂੰ ਕੰਮ ਉਹ ਤਾਂ ਆਇਆ ਹਰਮਨ ਮੇਰੀ ਗੱਲ ਸੁਣ ਉਦੋਂ ਦੀ ਉਦੋਂ ਤੂੰ ਨਹੀਂ ਆਈ ਮੈਨੂੰ ਕਹਿ ਕੇ ਵੀ ਭਾਈ ਮੈਂ ਕੰਮ ਐ ਕੋਈ ਮੈਂ ਤੈਨੂੰ ਡੀਕਦਾ ਰਿਹਾ ਤੂੰ ਆਈ ਨਹੀਂਗੀ ਹੁਣ ਗੱਲ ਆਇਆ ਭਾਈ ਦੇਖ ਮੈਂ ਤਾਂ ਐ ਕਹਿਣਾ ਵੀ ਜਨਾਨੀਆਂ ਹੁਣ ਚੰਗੀਆਂ ਕੱਲ ਨੂੰ ਬੇਇੱਜ਼ਤੀ ਨਾ ਕਰਾ ਦੇਣ ਪਿੰਡ ਦੀ ਉਹ ਤਾਂ ਜੇ ਤੈਨੂੰ ਤੂੰ ਉਹਨਾਂ ਦੀ ਜ਼ਿੰਮੇਵਾਰੀ ਲੈਣੀ ਐ ਹਨਾ ਫੇਰ ਦੇਖ ਭਾਈ ਮੈਂ ਮੋਰ ਵੀ ਲਾ ਦੂੰ ਤੇ ਸਾਰਾ ਕੰਮ ਵੀ ਕਰ ਦੂੰਗਾ ਦੇਖ ਸਰਪੰਚਾ ਜਨਾਨੀਆਂ ਤਾਂ ਜਮਾ ਇੱਕ ਨੰਬਰ ਨੇ ਜਮਾ ਵਧੀਆ ਭਰੋਸੇ ਵਾਲੀਆਂ ਕੋਈ ਤਾਂ ਕਿਸ਼ਤ ਨਹੀਂ ਟੁੱਟਣ ਦਿੰਦੀ ਨਾਲੇ ਘਰ ਘਰ ਲੋੜ ਆ ਜਨਾਨੀਆਂ ਨੂੰ ਬੰਦੇ ਕਿਹੜਾ ਪੈਸੇ ਦਿੰਦੇ ਨੇ ਆਮਾ ਕਨੇ ਜਿਹੜੇ 10 10 20 20 ਹਜ਼ਾਰ ਦਾ ਲੋਨ ਕਰਾ ਲੈਣਗੇ ਉਹੀ ਉਹਨਾਂ ਨੇ ਐ ਨਹੀਂ ਪਤਾ ਸੂਟ ਹੀ ਖਰੀਦ ਲੈ ਤੈਨੂੰ ਵਿਸ਼ਵਾਸ ਆ ਉਹਨਾਂ ਤੇ ਮੈਨੂੰ ਵਿਸ਼ਵਾਸ ਹੈ ਬਾਜੀ ਤੈਨੂੰ ਵਿਸ਼ਵਾਸ ਹੈ ਤੇ ਇਥੋਂ ਮੈਂ ਬਾਹਰ ਨਹੀਂ ਹੈਗਾ ਨਾਲੇ ਮੇਰੀ ਗੱਲ ਸੁਣ ਹਾਂ ਦੇਖ ਤੈਨੂੰ ਟਿਕਟਾਂ ਦਵਾਈਆਂ ਸੀ ਹਨਾ ਹਾਂ ਬਿਨਾ ਕਹੇ ਤੋਂ ਦਵਾਈਆਂ ਹਾਂ ਜਿੱਥੇ ਤੂੰ ਕਿਹਾ ਉੱਥੇ ਆਈ ਟਿਕਟਾਂ ਦਵਾਈਆਂ ਹਾਂ ਆਹੋ ਬੋਟਾਂ ਆ ਬੋਟਾਂ ਕਹਿ ਮਾਹ ਟਿਕਟਾਂ ਦਵਾਈਆਂ ਕਿਤੇ ਪੱਲਿਓਂ ਤੇਲ ਪਾ ਕੇ ਹਨਾ ਇੱਕ ਹਾਂ ਇੱਕ ਟਿਕਟ ਪਿੱਛੇ ਤੇਲ ਗੱਡੀ ਚ ਪੈਂਦਾ ਸੀ ਹਨਾ ਹਾਂ ਪੈਂਦਾ ਸੀ ਬਿਨਾ ਕਹੇ ਤੋਂ ਜਤਾਇਆ ਹਾਂ ਮੈਂ ਕਹਿੰਦੀ ਸੀ ਵੀ ਜਦੋਂ ਐਤਕੀ ਮੈਨੂੰ ਟਿਕਟ ਜੀ ਦਵਾ ਦੇ ਤਾਂ ਦੇਖ ਮੇਰੀ ਪਿੰਡ ਚ ਪੂਰੀ ਬਣੀ ਹੋਈ ਆ ਪੂਰੀ ਚੱਲਦੀ ਆ ਮੇਰੀ ਪਿੰਡ ਚ ਹਨਾ ਅੱਲਾਵੇ ਲਾਵੇ ਪਿੰਡਾਂ ਚ ਵੀ ਜਾਣਦੇ ਨੇ ਮੈਨੂੰ ਸਾਰਾ ਮੰਨਦਾ ਮੈਂ ਤੈਨੂੰ ਐਤਕੀ ਮੈਂ ਗੱਲ ਕਰ ਲੂੰਗਾ ਜਾਊਂਗਾ ਮੈਂ ਨਾ ਕੋਠੀ ਬਾਈ ਨਾਲ ਗੱਲ ਕਰ ਲੂੰਗਾ ਤੇਰੀ ਟਿਕਟ ਬਾਰੇ ਵੀ ਅਸੀਂ ਗੱਲ ਕਰ ਲਾਂਗੇ ਸਾਰਾ ਦਿਨ ਤੂੰ ਭੱਜੀ ਨੱਠੀ ਤਾਂ ਰਹਿੰਦੀ ਆ ਪਿੰਡ ਚ ਨਾਲੇ ਸਾਰੇ ਕੰਮ ਤਾਂ ਤੂੰ ਹੀ ਕਰਾਉਨੇ ਆ ਪਿੰਡ ਦੇ ਲੋਕ ਮੇਰੇ ਲਵੇ ਘੱਟ ਹੁੰਦੇ ਨੇ ਤੇਰੇ ਲਵੇ ਵੱਧ ਜਾਂਦੇ ਨੇ ਉਹ ਫਿਰ ਮੇਰੀ ਸੁੱਖ ਨਾਲ ਵੱਧ ਬਣਦੀ ਆ ਹਾਂ ਮੈਂ ਤਾਂ ਬਿਨਾ ਵੋਟਾਂ ਤੋਂ ਸਰਪੰਚਣੀ ਆ ਤੇਰੀ ਤਾਂ ਵੱਧ ਬਣੀ ਹੋਈ ਐ ਲੈ ਗਾਹਾਂ ਨੂੰ ਤੂੰ ਐਮਐਲਏ ਦੀ ਲੜ ਲਈ ਹਾਂ ਕੀ ਕਹਿੰਦੇ ਇੱਕ ਮਿੰਟ ਐਕਸ਼ਨ ਦੇਖ ਸਰਪੰਚਾ ਟਿਕਟ ਐਦ ਕੀ ਮੈਨੂੰ ਦਵਾਉਣੀ ਐ ਤਾਂ ਕੋਈ ਗੱਲ ਨਹੀਂ ਹਰਮਨ ਮੈਂ ਤੇਥੋਂ ਬਾਹਰ ਹੈ ਮੈਂ ਕੀ ਜਾਣਦਾ ਨਹੀਂ ਤੂੰ ਮੇਰੇ ਪਿੱਛੇ ਕਿੰਨੀ ਕੁਰਬਾਨੀ ਕਰਦੀ ਐ ਟਿਕਟ ਐਗਤੀ ਤੇਰੀ ਪੱਕੀ ਲੈ ਉਹ ਤਾਂ ਮੈਨੂੰ ਪਤਾ ਏ ਦੇਖ ਮੈਂ ਤਾਂ ਘਰੋਂ ਵੀ ਗਾਲਾਂ ਖਾਂਦੀ ਰਹੀ ਆ ਮੈਨੂੰ ਬਥੇਰਾ ਲੜਦਾ ਸੀਗਾ
ਕਹਿੰਦਾ ਵੀ ਤੂੰ ਆ ਸਰਪੰਚ ਦੇ ਮਗਰ ਲੱਗੀ ਫਿਰਦੀ ਆ, ਲੋਕ ਕੀ ਕਹਿਣਗੇ, ਲੋਕ ਗੱਲਾਂ ਕਰਨਗੇ। ਪਰ ਮੈਂ ਇੱਕ ਨਹੀਂ ਸੁਣੀ ਉਹਦੀ, ਇੱਕ ਵੀ। ਬਥੇਰੇ ਛਿੱਤਰ ਪੋਲੇ ਖੜਕਦੇ ਰਹੇ ਨੇ ਸਾਡੇ, ਪਰ ਐਂ ਦੇਖ ਲੈ ਤੈਨੂੰ ਜਿਤਾ ਕੇ ਛੱਡਿਆ, ਹੁਣ ਸੁੱਖ ਨਾਲ ਮੇਰੀ ਬਥੇਰੀ ਬਣਦੀ। ਤੂੰ ਤਾਂ ਇਲੈਕਸ਼ਨ ਲੜ ਲਈ ਐਮ ਐਲ ਏ ਦੇ, ਮੈਂ ਬਣੀ ਸਰਪੰਚ ਨਹੀਂ। ਬਸ ਹੁਣ ਮੈਂ ਕਰਦਾ ਐਮ ਐਲ ਏ ਦੀ ਤਿਆਰੀ ਤੇ ਤੂੰ ਕਰ ਸਰਪੰਚੀ ਦੀ। ਹੋਰ ਲੈ ਨਾਲੇ ਦੇਖ, ਮੈਂ ਤਾਂ ਦਿਨ ਰਾਤ ਇੱਕ ਕਰਤਾ ਸੀ ਤੇਰੇ ਪਿੱਛੇ, ਜਿੱਥੇ ਤੂੰ ਕਿਹਾ ਉੱਥੇ ਆਈ, ਜਿੱਥੇ ਤੂੰ ਬੁਲਾਇਆ ਮੈਂ ਉੱਥੇ ਆਈ। ਦੇਖ, ਦਿਨ ਨੂੰ ਕਿਹਾ ਦਿਨ ਨੂੰ, ਰਾਤ ਨੂੰ ਕਿਹਾ ਰਾਤ ਨੂੰ, ਮੈਂ ਤਾਂ ਕੁਛ ਸੋਚਿਆ ਹੀ ਨਹੀਂ ਤੇਰੇ ਪਿੱਛੇ, ਸਾਰਾ ਜ਼ੋਰ ਲਾਤਾ। ਐਕਸ਼ਨ। ਚੱਲ ਫਿਰ ਮੈਂ ਹੁਣ ਨਾ ਸਾਰੀਆਂ ਨੂੰ ਇਕੱਠੀਆਂ ਕਰਕੇ ਨਾ ਬਸ ਫਿਰ ਆਊਂਗੀ ਤੁਹਾਡੇ ਕੋਲੇ। ਮੋਰ ਮੋਰ ਲਾ ਦਿਓ ਤੁਸੀਂ। ਕੋਈ ਗੱਲ ਨਹੀਂ, ਜਮਾ ਨਾ ਟੈਨਸ਼ਨ ਲੈ, ਮੋਰ ਵੀ ਤੇਰੀ ਹੈ, ਸਾਰਾ ਕੁਛ ਤੇਰਾ, ਲਾਉਣ ਵਾਲੀ ਵੀ ਤੂੰ ਹੈ, ਉਹ ਸਰਪੰਚ ਮੈਂ ਨਹੀਂ, ਪਿੰਡ ਦੀ ਸਰਪੰਚ ਨਹੀਂ ਤਾਂ ਤੂੰ ਹੈ। ਚੱਲ ਮੈਂ ਤਾਂ ਨਾ ਮੜਾ ਚਿਮਟਾ ਚੁਮਟਾ ਜਿਹਾ ਪੁੱਛ ਕੇ ਆਉਂਦੀ ਹਾਂ ਇਹਨਾਂ ਤੋਂ, ਆਹ ਬੈਠੇ ਨੇ ਗੱਡੀਆਂ ਜੀ ਵਾਲੇ। ਚਿਮਟਾ ਲੋਹੇ ਦਾ ਕਿਉਂ, ਤੈਨੂੰ ਮੈਂ ਚਾਂਦੀ ਦੀ ਕਰਾ ਦੂੰ। ਸਰਪੰਚ ਤਾਂ ਆ ਗਿਆ ਮੁੱਠੀ 'ਚ, ਇਹ ਨਹੀਂ ਹੁਣ ਨਿਕਲਦਾ ਆਪਣੀ ਮੁੱਠੀ 'ਚੋਂ। ਚਲ ਆਪਾਂ ਨੇ ਆਪਣੇ ਕੰਮ ਕਢਾਉਣੇ ਨੇ, ਆਪਾਂ ਮੈਂ ਦੇਖਾਂ ਬੈਠੇ ਨੇ ਗੱਡੀਆਂ ਵਾਲੇ। ਐਕਸ਼ਨ। ਘਰ ਵਾਲੀ ਗੱਲ ਆ, ਭਾਬੀ ਨੂੰ ਪਹੁੰਚਿਆ ਤਾਂ ਨਹੀਂ ਦੱਸਿਆ, ਕਰਤਾ ਬਾਈ ਜੱਗੇ। ਓਏ ਹਾਂ ਕੀ ਹੋ ਗਿਆ ਤੈਨੂੰ? ਉਹ ਗੱਲ ਸੁਣਾ। ਹਾਂ ਦੱਸ। ਜਿਹੜਾ ਆਪਣਾ ਸਰਪੰਚ ਨਹੀਂ ਹੈਗਾ ਮਰ ਗਿਆ? ਉਹ ਕਾਹਨੂੰ ਮਰ ਗਿਆ, ਪਹਿਲਾਂ ਗੱਲ ਤਾਂ ਸੁਣ ਲਾ ਮੇਰੀ ਪੂਰੀ। ਹਾਂ ਦੱਸ। ਜਿਹੜੀ ਬੱਗੂ ਜੀ ਉਹਨਾਂ ਦੀ ਮਿਸਤਰੀਆਂ ਦੀ। ਅੱਛਾ ਮਦਰੀ ਜੀ, ਗੱਠੋ ਜੀ। ਅੱਛਾ ਇਹ ਨਾਲ ਗਾਟੀ ਬਾਟੀ ਹੈ? ਓਏ ਉਂਗੀ ਹੋਰ ਦੇਖ ਰਿਹਾ ਹੋਣਾ ਕੋਈ। ਉਹ ਮੈਂ ਦੇਖ ਕੇ ਆਇਆ ਬਾਈ, ਆਪਦੇ ਹੱਥਾਂ ਨਾਲ ਦੇਖ ਕੇ ਆਇਆ। ਪੱਕੀ ਆ? ਇੱਟ ਵਰਗੀ ਪੱਕੀ ਹੈ। ਅੱਛਾ ਮੇਰੀ ਗੱਲ ਸੁਣ ਫਿਰ। ਹਾਂ ਮੈਨੂੰ ਤਾਂ ਦੱਸਦਾ, ਪਿੰਡ ਦੀ ਕਿਸੇ ਜਨਾਨੀ ਨਾਲ ਦੱਸਦੀ, ਨਹੀਂ ਸਾਰੇ ਪਿੰਡ ਦੇ ਵਿੱਚ ਗੱਲ ਫੈਲ ਜੂ। ਆਪ ਨਾਲੇ ਸਰਪੰਚ ਦੀ ਵੀ ਤਾਂ ਹੋਣੀ ਹੋਣੀ ਆ, ਨਾਲ ਆਪਣੀ ਵੀ ਹੋਊ ਵੀ ਜਿੱਤੇ ਆਇਆ ਸੀ। ਠੀਕ ਆ ਬਾਈ, ਚੱਲ ਨਹੀਂ ਰਾਤ, ਚੱਲ ਠੀਕ ਆ ਜਾ। ਓਕੇ ਓਕੇ ਲੈ, ਸਰਪੰਚ ਕਿਹਾ ਕੁਛ ਕਰਦਾ ਫਿਰਦਾ, ਸ਼ਰਮ ਕਰਨੀ ਚਾਹੀਦੀ ਸਰਪੰਚ ਨੂੰ। ਅੱਛਾ ਯਾਰ ਮੈਂ ਬਾਈ ਚੱਕੇ ਨੂੰ ਵੀ ਗੱਲ ਦੱਸਿਆ ਆ, ਹੁਣੇ ਵੀ ਨਹੀਂ ਸੀਰੀਅਸ ਲਈ ਕੋਈ ਗੱਲ, ਸਰਾਜਾ ਨਹੀਂ ਆਇਆ ਹੈਗਾ। ਇਹੋ ਜਿਹਾ ਪਿੰਡ ਦਾ ਬੰਦਾ ਕਿਹੜਾ ਹੈ ਜਿਹੜਾ ਸਾਰੇ ਪਿੰਡ 'ਚ ਖਬਰ ਪਹੁੰਚਾ ਦੇ? ਹਾਂ ਭਾਬੀ ਨੂੰ ਦੱਸ ਕੇ ਨਾ ਜੱਗੇ ਦੇ ਘਰ ਵਾਲੇ ਨੂੰ, ਉਹ ਪਾਊ ਪੜ ਤੂੰ। ਐਕਸ਼ਨ। ਭਾਬੀ ਭਾਬੀ ਵੇ ਕਿਹੜਾ ਹੈ ਉਹ ਬੈ ਨਿਮਿਆ ਤੂੰ? ਉਹ ਮੈਂ ਤਾਂ ਸਾਰੇ ਪਿੰਡ 'ਚ ਫਿਰਿਆ ਲੱਸੀ ਲੈਣ ਆਇਆ ਸੀਗਾ। ਵੇ ਮੇਰੀ ਗੱਲ ਸੁਣ, ਹਾਂ ਪਹਿਲਾਂ ਤਾਂ ਤੂੰ ਕਦੇ ਲੱਸੀ ਲੈਣ ਆਇਆ ਨਹੀਂ, ਜਿਹੜਾ ਅੱਜ ਤੈਨੂੰ ਸਾਡਾ ਘਰ ਦਿਸ ਗਿਆ। ਉਹ ਮੈਨੂੰ ਡਾਕਟਰ ਨੇ ਕਿਹਾ ਸੀ ਲੱਸੀ ਕਹਿੰਦਾ ਠੀਕ ਰਹਿੰਦੇ ਤੇਰੇ ਵਾਸਤੇ। ਡਾਕਟਰ ਨੇ ਆਏ ਤਾਂ ਨਹੀਂ ਕਿਹਾ ਵੀ ਉਹਨਾਂ ਦੇ ਘਰੋਂ ਲਿਆਈ? ਉਹ ਜਦੋਂ ਮਿਲੀ ਨਹੀਂ ਮੈਂ ਤੁਹਾਡੇ ਘਰੇ ਆਉਂ ਫਿਰ। ਹਾਂ ਵੇ ਮੇਰੀ ਗੱਲ ਸੁਣ, ਲੱਸੀ ਜਦੋਂ 10 ਮਿੰਟ ਪਹਿਲਾਂ ਆ ਜਾਂਦਾ ਨਾ ਤਾਂ ਜਿੰਨੀ ਮਰਜ਼ੀ ਲੈ ਜਾਂਦਾ, ਵੀ ਆ ਜਿਹੜੇ 2-4 ਘਰ ਲੈ ਕੇ ਜਾਂਦੇ ਨੇ ਉਹ ਲੈ ਗਏ। ਫਿਰ ਇੰਨੀ ਪਈ ਸੀਗੀ ਮੈਂ ਕਿਹਾ ਕਰਾਉਣੀ ਕੀ ਆ, ਮੈਂ ਤਾਂ ਚੱਕ ਕੇ ਪਸ਼ੂਆਂ ਨੂੰ ਪਿਆਤੀ। ਹੁਣ ਲੱਸੀ ਮਿਲਦੀ ਨਹੀਂ? ਨਾ ਹੈ ਨਹੀਂ। ਜਵਾਬ ਹੈ? ਜਵਾਬ ਹੈ। ਹੋਰ ਉਹ ਆਏ ਆ ਵੇ ਲੱਸੀ ਦਾ ਤਾਂ ਮੈਨੂੰ ਐਂ ਲੱਗਦਾ ਬਹੁਤ ਨਜ਼ਲਾ ਕਹਿ, ਗੱਲ ਤਾਂ ਕੋਈ ਹੋਰ ਹੈ। ਲੈ ਕਦੇ ਗੂੰਗੇ ਦੀ ਰਾਮ ਜਾ, ਗੂੰਗੇ ਦੀ ਮਾਂ ਜਾਣਦੀ ਆ, ਤੂੰ ਤਾਂ ਪਹਿਲੀ ਹੀ ਬੁੱਝ ਗਈ। ਲੈ ਮੈਂ ਤਾਂ ਜਾਣਦੀ, ਤੂੰ ਮੈਨੂੰ ਗੱਲ ਦੱਸ ਕੀ ਆ? ਜਿਹੜਾ ਆਪਣਾ ਸਰਪੰਚ ਨਹੀਂ ਹੈਗਾ ਨਾ, ਹਾਂ ਕੱਟ ਕੇ। ਐਕਸ਼ਨ। ਨਹੀਂ ਭਾਬੀ ਜਿਹੜਾ ਆਪਣਾ ਸਰਪੰਚ ਨਹੀਂ ਜੱਸਾ। ਵੇ ਮੇਰੀ ਗੱਲ ਸੁਣ, ਮੈਂ ਤੇਰੀ ਮਜੂਗ ਐਂ ਜਿਹਾ ਕਰਦਾ? ਉਹ ਮੇਰੀ ਸੁਣਤਾ ਲੈ ਗੱਲ, ਤੂੰ ਗੱਲ ਤਾਂ ਸੁਣ ਲੈ। ਹਾਂ ਦੱਸ। ਮੈਨੂੰ ਤਾਂ ਆਏ ਹੋ ਰਿਹਾ ਵੀ ਮੈਂ ਕਦੋਂ ਦੱਸਦਾ ਤੈਨੂੰ ਗੱਲ। ਵੇ ਐਂ ਐਂ ਜਿਹਾ ਨਾ ਕਰ, ਪਾਣੀ ਚ ਤੇਰੇ ਨਾਲ ਤੂੰ ਗੱਲ ਕਰਨੀ ਮੂੰਹ ਨਾ ਕਰ। ਜਿਹੜਾ ਸਰਪੰਚ ਆ ਜੱਸਾ ਆਪਣਾ, ਹਾਂ ਉਹ ਜਿਹੜੀ ਉਹ ਬੱਗੋ ਜੀ ਮਿਸਤਰੀਆਂ ਦੇ ਘਰ ਵਾਲੀ, ਉਹ ਜਿਹਦਾ ਬੰਦਾ ਚਨਾਈ ਦਾ ਕੰਮ ਕਰਦਾ ਵਾ। ਅੱਛਾ ਉਹ ਆਪ ਚ ਉਹਨਾਂ ਦੀ ਗਾਟੀ ਮਾਟੀ ਹੈ? ਹਾਏ ਮੈਂ ਮਰ ਜਾ ਕਿੰਨੀ ਕੋ। ਬਸ ਉਹ ਤਾਂ ਉਹਨੂੰ ਇਲੈਕਸ਼ਨਾਂ 'ਚ ਖੜਾ ਕਰਨ ਨੂੰ ਫਿਰਦਾ, ਕਹਿੰਦੀ ਆ ਕਿ ਮੈਨੂੰ ਟਿਕਟ ਦਵਾ ਦੇ। ਹਾਏ ਤੇ ਫਿਰ ਉਹ ਤਾਂ ਆਪ ਸਰਪੰਚ ਆ, ਉਹਨੂੰ ਟਿਕਟ ਕੀ ਦਵਾਉਂਦਾ? ਉਹ ਉਹਨੂੰ ਐਮਐਲਏ ਬਣਾਉਣ ਨੂੰ ਫਿਰਦੀ ਆ, ਤੂੰ ਸਮਝ ਜਾ। ਐਮਐਲਏ ਬਣਾਉਣ ਨੂੰ ਗਾਹਾਂ ਦੀ ਉਹ, ਫੇਰ ਉਹੀ ਗੱਲਾਂ ਉਹਦੇ ਹੱਥ 'ਚ ਵੀ, ਉਹ ਤਾਂ ਉੱਪਰੋਂ ਉੱਪਰੋਂ ਵੜ ਕੇ ਆਉਂਦਾ ਐਮਐਲਏ ਦਾ। ਉਹ ਕਾਹਨੂੰ ਉੱਪਰੋਂ ਬਣ ਕੇ ਆਉਂਦਾ, ਮੋਟੇ ਦਿਮਾਗ ਦੀ ਆਪਾਂ ਬਣਾ ਕੇ ਭੇਜਦੇ ਆ। ਉਹ ਚੱਲ ਠੀਕ ਆ, ਤੂੰ ਮੇਰੀ ਗੱਲ ਸੁਣ, ਫਿਰ ਸਰਪੰਚ ਤਾਂ ਮੈਨੂੰ ਕਹਿੰਦਾ ਸੀ ਵੀ ਆਉਣ ਵਾਰੀ ਕਹਿੰਦਾ ਵੋਟਾਂ ਸਰਪੰਚੀ ਦੀਆਂ ਭਾਬੀ ਤੈਨੂੰ ਟਿਕਟ ਦਵਾਉਂਗਾ, ਤੈਨੂੰ ਜਿਤਾਉਂਗਾ। ਹੁਣ ਉਹਨੂੰ ਕਹਿਤਾ? ਤੈਨੂੰ ਵੀਰੇ ਨਹੀਂ ਦੱਸਿਆ ਕੁਛ? ਵੇ ਮੇਰੀ ਗੱਲ ਸੁਣ, ਤੇਰਾ ਬਾਈ ਤਾਂ ਨਾ ਜਮਾ ਉਹੀ ਪਾਣੀ 'ਚ ਮਧਾਣੀ ਪਾਈ ਰੱਖਦਾ, ਉਹ ਤਾਂ ਚੱਜ ਦੀ ਗੱਲ ਕਦੇ ਘਰੇ ਆ ਕੇ ਦੱਸਦਾ ਹੀ ਨਹੀਂ। ਓਏ ਮੈਂ ਤਾਂ ਜੱਗੇ ਬਾਈ ਨੂੰ ਸਾਰਾ ਕੁਝ ਦੱਸਿਆ ਸੀਗਾ। ਵਾਹ ਓਏ ਐਡਾ ਉਹਲਾ, ਗਾਟੀ ਵੀ ਦੱਸਦੀ ਉਹ ਲੈ। ਹੋਰ ਕੀ,
ਨਹੀਂ ਉਹਦਾ ਕਹਿਣਾ ਸੀ ਮੈਂ ਤਾਂ ਸਾਹ ਨਹੀਂ ਲੈਂਦਾ ਬਾਈ ਤਾਂ ਬੱਬੂ ਆਹ ਗੱਲ ਵੀ ਰਹਿ ਗਈ ਵਿੱਚ ਅੱਛਾ ਆਹ ਵੀ ਕਹਿੰਦਾ ਸੀ ਉਹ ਲੈ ਹੋਰ ਵੇ ਚੱਲ ਆਏ ਕਰ ਜਾ ਭਾਜਾ ਹੁਣ ਦੱਸੀ ਤਾਂ ਹੈ ਨਹੀਂ ਹੋ ਗਈ ਗੱਲ ਕੋਈ ਹੋਰ ਰਹੀ ਨਹੀਂ ਦੱਸਣ ਵਾਲੀ ਤੂੰ ਮੇਰੀ ਸੁਣ ਲਾ ਗੱਲ ਮੇਰਾ ਮੇਰੀ ਗੱਲ ਸੁਣ ਲਾ ਜੋ ਮਰਜ਼ੀ ਹੋ ਜੇ ਤੂੰ ਮੈਨੂੰ ਇੰਨਾ ਦੱਸ ਵੀ ਗਾਟੀ ਪੱਕੀ ਆ ਨਾ ਗਾਟੀ ਮਹਾ ਇੱਟ ਵਰਗੀ ਪੱਕੀ ਤੂੰ ਆਪਦੇ ਦੇਖ ਕੇ ਆ ਨਾ ਮੈਂ ਹਾਂ ਇੰਨਾ ਕੌਡਿਆਂ ਨਾਲ ਦੇਖ ਕੇ ਆ ਮੈਂ ਐਕਸ਼ਨ ਉਹ ਮੈਂ ਆ ਕੌਡਿਆਂ ਨਾਲ ਦੇਖ ਕੇ ਆ ਮੇਰੀ ਗੱਲ ਸੁਣ ਲਾ ਨਿਮਿਆ ਜਿਹੜੇ ਤੂੰ ਗੱਲ ਕਰਦਾ ਨਾ ਕੌਡਿਆਂ ਨਾਲ ਦੇਖ ਕੇ ਆਇਆ ਜੇ ਗੱਲ ਝੂਠੀ ਹੋਈ ਤਾਂ ਤੈਨੂੰ ਮੇਰੀ ਜੁੱਤੀ ਦਾ ਪਤਾ ਹੀ ਆ ਉਹਦੇ ਐਂ ਲਿਸ਼ਕਮੀ ਆ ਪੂਰੀ ਵੱਜਦੀ ਦੇਖੀ ਕਿਹੜੇ ਹਿਸਾਬ ਨਾਲ ਉਹ ਨਿੰਮੇ ਖਾਵਰੀ ਦੀ ਕਦੇ ਵੀ ਗਲਤ ਗੱਲ ਨਹੀਂ ਹੁੰਦੀ ਅੱਛਾ ਚੱਲ ਕੋਈ ਨਹੀਂ ਮੰਨ ਲਿਆ ਮੈਨੂੰ ਲੱਗਦਾ ਤੇਰੀ ਵੀ ਜ਼ਬਾਨ ਉਲਟ ਜੀ ਵਿਲਚ ਵਿਲਚ ਕਰੀਆਂ ਤਾਂ ਨਾਲੇ ਗੱਲ ਸੁਣ ਤੇਰੇ ਬਾਈ ਕੋਲ ਤਾਂ ਨਹੀਂ ਕੋਈ ਗੱਲ ਕੀਤੀ ਤਾਂ ਕਾਦੀ ਆਹੀ ਨਾ ਨਾ ਮੈਂ ਨਹੀਂ ਦੱਸਿਆ ਤੂੰ ਨਾ ਦੱਸਦੀ ਕਿਤੇ ਮੇਰੇ ਕੋਲ ਅੱਛਾ ਵੇ ਮੇਰੀ ਗੱਲ ਸੁਣ ਤੂੰ ਆਪਦੇ ਬਾਈ ਕੋਲ ਤਾਂ ਨਹੀਂ ਕੋਈ ਗੱਲ ਕੀਤੀ ਓਹੋ ਆ ਤੈਨੂੰ ਹੁਣ 2 ਮਿੰਟ ਪਹਿਲਾਂ ਤਾਂ ਦੱਸ ਕੇ ਹਟਿਆ ਵੀ ਬਾਈ ਨੂੰ ਵੀ ਦੱਸ ਕੇ ਆਇਆ ਮੈਂ ਵੇ ਤੇਰੇ ਵੀ ਨਾ ਬੁੜੀਆਂ ਵਾਲੀ ਜ਼ਬਾਨ ਆ ਜਿਹੜੀ ਚੁੱਪ ਨਹੀਂ ਕਰਦੀ 2 ਮਿੰਟ ਹੁਣ ਤੂੰ ਉਹਨੂੰ ਐ ਨਾ ਦੱਸਦੀ ਵੀ ਮੈਂ ਭਾਬੀ ਨੂੰ ਵੀ ਸਾਰੀ ਗਾਂਢੀ ਸਾਡੀ ਦੱਸਿਆ ਆ ਚੱਲ ਨਹੀਂ ਦੱਸਦਾ ਜੇ ਤੂੰ ਕਹਿ ਨਹੀਂ ਦੇਖ ਲਈ ਜੇ ਉਹਨੂੰ ਪਤਾ ਲੱਗ ਗਿਆ ਨਾ ਤਾਂ ਗਿੱਚੀ ਕੁੱਟੂ ਤੇਰੀ ਤੇ ਨਾਲੇ ਕੁੱਟੂ ਮੇਰੀ ਚੱਲ ਠੀਕ ਆ ਮੈਂ ਜਾਣਾ ਚੰਗਾ ਹੁਣ ਹਾਂ ਜਾ ਬਾਕੀ ਜਾ ਨਾਲੇ ਗਾਹਾਂ ਨਹੀਂ ਗੱਲ ਕਰੀ ਤੇ ਉਹਦੀ ਇਹੋ ਜੀ ਪਰਦੇ ਵਾਲੀ ਬੇ ਮੈਂ ਤਾਂ ਹਾਜ਼ਮ ਕਰ ਲੂੰ ਜੇ ਕਿਸੇ ਦੇ ਹੋਰ ਟਿੱਕੇ ਚੜ ਗਈ ਗੱਲ ਹਾਜ਼ਮ ਨਹੀਂ ਕਰਨੀ ਕਿਸੇ ਨੇ ਹੂੰ ਤਾਂ ਆਏ ਆ ਹਾਜ਼ਮ ਤਾਂ ਮੇਰੇ ਵੀ ਨਹੀਂ ਹੁੰਦੀ ਹੁਣ ਕਿਹਨੂੰ ਦੱਸ ਕੇ ਆਵਾਂ ਪਿੰਡ 'ਚ ਗਾਹ ਤਾਂ ਪਾ ਕੇ ਛੱਡੂੰਗਾ ਮੈਨੂੰ ਕਹਿੰਦੀ ਸੀ ਹਜੇ ਸਰਪੰਚੀ ਭੈਣ ਜੀ ਤੈਨੂੰ ਦਵਾਵਾਂਗੇ ਉਹ ਕਹਿੰਦਾ ਤੈਨੂੰ ਦਵਾਵਾਂਗੇ ਫੜਦੀ ਤਾਂ ਮੈਂ ਵੀ ਨਹੀਂ ਕੋਈ ਆਏ ਕਰਦੀ ਆ ਗੁਰਦਿਆਲੋ ਕੋਲੇ ਚੱਲਦੀ ਆ ਗੁਰਦਿਆਲੋ ਦੀ ਪਿੰਡ 'ਚ ਨਾ ਪੂਰੀ ਉਗਤ ਆ ਉਹਨੂੰ ਦੱਸ ਕੇ ਫੜਦੀ ਤਾਂ ਮੈਂ ਵੀ ਨਹੀਂ ਕੋਈ ਆ ਦੇਖ ਲੈ ਹੁਣ ਪਹਿਲ ਆਧਾਰ ਤੇ ਕੰਮ ਤੇਰਾ ਕਰਾ ਕੇ ਲਿਆ ਸਾਰੇ ਪਿੰਡ ਦੇ ਕੰਮ ਛੱਡਤੇ ਨਾਲੇ ਹੁਣ ਨਾ ਮੈਨੂੰ ਕੋਈ ਲਾਂਭਾ ਦੀ ਐਕਸ਼ਨ ਲੈ ਤੁਹਾਨੂੰ ਪਤਾ ਮੇਰੀ ਜੁੱਤੀ ਘਸ ਗਈ ਸੀ ਤੁਹਾਡੇ ਪਿੱਛੇ ਹਾਂ ਨਹੀਂ ਤਾਂ ਲੋਕਾਂ ਨੇ ਕਿੱਥੇ ਵੋਟਾਂ ਪਾਉਣੀਆਂ ਸੀ ਉਹ ਸਾਰੇ ਆਇਆ ਕਹਿੰਦੇ ਨੇ ਲੈ ਛੜਾ ਆਦਮੀ ਕੀ ਇਹ ਕੰਮ ਕਰੂ ਕਿਸੇ ਦੇ ਲੈ ਆ ਫੜ ਕਾਗਜ਼ ਨਾਲੇ ਮੇਰੀ ਗੱਲ ਸੁਣ ਲੈ ਅੱਛਾ ਲੈ ਆ ਹੁਣ ਕਾਗਜ਼ ਤੈਨੂੰ ਫੜਾਤੇ ਮੈਂ ਨਾਲੇ ਮੈਂ ਤੇਰੀ ਜ਼ਿੰਮੇਵਾਰੀ ਲੈ ਸਕਦਾ ਕਿਸੇ ਹੋਰ ਜਨਾਨੀ ਦੀ ਨਹੀਂ ਹੁਣ ਇਹ ਨਾਲੇ ਲੋਨ ਲੂਨ ਜੇ ਕਰਾਈ ਤਾਂ ਜਾਂਦੀ ਹੈ ਆ ਜਨਾਨੀਆਂ ਅੱਜ ਕੱਲ੍ਹ ਪੈਸੇ ਨਹੀਂ ਮੋੜਦਾ ਤੂੰ ਨਾ ਥੋੜ੍ਹਾ ਜਿਹਾ ਮੈਂ ਸਮਝ ਗਈ ਤੁਹਾਡੀ ਗੱਲ ਠੀਕ ਹੈ ਮੈਂ ਬਸ ਓਨੀਆਂ ਕੁ ਜਨਾਨੀਆਂ ਰੱਖੀਆਂ ਨੇ ਬਸ 12 ਕੁ ਠੀਕ ਹੈ ਹੁਣ ਮੈਂ ਸਾਰੀਆਂ ਦੇ ਸਾਈਨ ਕਰਾ ਲਾਂਗੀ ਹਾਂ ਬਾਕੀ ਮੇਰੀ ਗੱਲ ਸੁਣੋ ਜ਼ਿੰਮੇਵਾਰੀ ਤਾਂ ਹੁਣ ਲੈਣੀ ਹੀ ਪੈਣੀ ਹੈ ਤੁਹਾਨੂੰ ਜ਼ਿੰਮੇਵਾਰੀ ਤਾਂ ਫਿਰ ਤੇਰੀ ਤਾਂ ਮੈਨੂੰ ਲੈਣੀ ਪੈਂਦੀ ਹੈ ਨਾ ਲੈ ਤੁਸੀਂ ਉਧਰ ਖੜੇ ਹੋ ਮੈਂ ਇੱਧਰ ਖੜੀ ਹਾਂ ਤੇ ਚਾਹ ਦਾ ਨਾਉ ਨਹੀਂ ਲਿਆ ਹੈ ਚਾਹ ਦੀ ਨਾ ਖਿੱਚਲਾ ਕਰੋ ਚਾਹ ਕਦੇ ਵਿਹਲੇ ਟਾਈਮ ਪੀ ਲਾ ਚਲ ਮਰਜ਼ੀ ਆ ਤੁਹਾਡੀ ਫਿਰ ਉਹ ਤਾਂ ਲੰਘ ਜਿੱਧਰ ਦੀ ਆਈ ਸੀ ਲੰਮਾ ਹੀ ਸਫ਼ਰ ਪੈ ਜਾਣਾ ਸੀ ਐਕਸ਼ਨ ਤਾਂ ਸਾਰੇ ਪਿੰਡ ਦੀ ਖਬਰ ਰੱਖਦੇ ਆਪਾਂ ਭਾਬੀ ਕਹਿੰਦੀ ਚੱਲ ਗਿਆ ਚੱਲ ਰੈਡੀ ਹੋ ਹਾਂਜੀ ਚੱਲ ਸਟਾਰਟ ਤੂੰ ਮੇਰੀ ਗੱਲ ਨਹੀਂ ਮੰਨਦਾ ਕਿ ਨਾ ਹਾਂ ਉਹ ਦੇਖ ਉਹਦੇ ਉਹ ਬੱਲੇ 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 ਤਾਂ ਰੰਗਲਾ ਨਜ਼ਾਰਾ ਹੋ ਰਿਹਾ ਓਏ ਹੁਣ ਸਰਪੰਚੀ ਆਪਣੀ ਪੱਕੀ ਆ ਬਾਈ ਅੱਧਾ 1 ਮਿੰਟ ਮੈਨੂੰ ਫੋਟੋ ਖਿੱਚ ਲੈਣ ਦੇ 1 ਮਿੰਟ ਖੜ ਜਾ ਫੇਰ ਦੇਖਦੇ ਆ ਕਲੋਜ਼ ਜੀ ਕਰਕੇ ਆ ਲੈ ਹੁਣ ਬਣੀਆਂ ਗੱਲਾਂ ਫਿਰ ਐਕਤੀ ਮੈਨੂੰ ਪੰਚ ਤਾਂ ਬਣਾ ਦੇਗਾ ਨਾ ਓਏ ਮਹਾ ਪੰਚ ਕੀ ਸਰਪੰਚ ਦਾ ਬਾਇਆ ਹੱਥ ਵਰਜੀ ਤੂੰ ਸਟਾਰਟ ਉਹ ਬਾਈ ਜਗਾ ਉਹ ਦੇਖੇ ਕਿਵੇਂ ਕੰਧੋਲੀ ਟੱਪ ਗਈ ਓਏ ਅੱਗੇ ਅੱਗੇ ਦੇਖ ਇਹ ਤਾਂ ਕੰਧੋਲੀ ਟੱਪੀ ਆ ਸਰਪੰਚ ਕੰਧ ਟੱਪੂਗਾ ਸਟਾਰਟ ਓਏ ਆ ਜਾ ਸਰਪੰਚ ਆ ਗਿਆ ਸਟਾਰਟ ਹੋਰ ਜੀ ਸਰਮਾ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲੱਗਿਆ ਹੋਰ ਠੀਕ ਠਾਕ ਹੋ ਵਧੀਆ ਕਿਵੇਂ ਕਿਹੜੇ ਛਿਲੇ ਵੱਜ ਰਹੇ ਨੇ ਕੁਛ ਨਹੀਂ ਯਾਰ ਇਹ ਤਾਂ ਨਾ ਬਚਾਰੀ ਦੇ ਕਾਗਜ਼ ਪੱਤਰ ਜੇ ਸੀ ਮਹਾ ਚੱਲ ਮੈਂ ਫੜਾ ਆਇਆ ਮੈਂ
ਨਾ ਵਧੀਆ ਗੱਲ ਆ ਕਾਗਜ਼ਾਂ ਦੇ ਸਾਈਨ ਸੂਨ ਕਰਾਉਂਦੇ ਰਹਿ ਕਰੋ ਹਾਂ ਮਹਾ ਪਿੰਡ ਦਾ ਕੰਮ ਹੈ ਨਾਲੇ ਤੈਨੂੰ ਪਤਾ ਪਿੰਡ ਦੇ ਕੰਮਾਂ ਨੂੰ ਮੈਂ ਮੂਹਰੇ ਰਹਿਣਾ ਗੱਲ ਸਹੀ ਆ ਸਾਡਾ ਵੀ ਕੋਈ ਕੰਮ ਕਾਰ ਕਰਾ ਦਿਆ ਕਰੋ ਜੀ ਕੋਈ ਤੇਰਾ ਕੰਮ ਦੱਸ ਉਹ ਛੜੇ ਮਲੰਗ ਦਾ ਕੰਮ ਕਾਰ ਕਾਗਜ਼ ਪੱਤਰ ਦਾ ਕੋਈ ਹੈ ਹੀ ਨਹੀਂ ਜੀ ਨਾ ਨਾ ਇਹਨੇ ਤਾਂ ਕਿਹਾ ਹੀ ਨਹੀਂ ਟਾਟ ਉਹ ਲੈ ਭਰਾਵਾ ਤੁਸੀਂ ਮੈਨੂੰ ਵੋਟਾਂ 'ਚ ਜਿਤਾਇਆ ਕੋਈ ਤੇਰਾ ਕੰਮ ਦੱਸ ਮੈਨੂੰ ਕੋਈ ਕਾਗਜ਼ੀ ਕੋਈ ਕੋਰਟ ਕਚਹਿਰੀਆਂ ਦਾ ਕੋਈ ਘਰੇਲੂ ਦੱਸ ਕੋਈ ਕੰਮ ਹੈ ਤੁਹਾਡੇ ਵਾਸਤੇ ਮੈਂ ਸਦਾ ਹਾਜ਼ਰ ਹਾਂ ਉਹ ਮੇਰਾ ਛੜੇ ਮਲੰਗ ਦਾ ਕਾਗਜ਼ ਪੱਤੇ ਦਾ ਕੀ ਕੰਮ ਆਈ ਟਾਟ ਉਹ ਲੈ ਸੈਟਿੰਗ ਵਾਲੀ ਕੀ ਗੱਲ ਕਰਦਾ ਐਗਤੀ ਵੋਟਾਂ ਆਉਣ ਦੇ ਸਭ ਤੋਂ ਪਹਿਲਾਂ ਤੇਰਾ ਕੰਮ ਕਰਾਉਂ ਜਿਹੜੇ ਮਹਿਕਮੇ 'ਚ ਕਹੇਗਾ ਉਸੇ 'ਚ ਹੀ ਲਵਾਉਂਗਾ ਚੱਲ ਠੀਕ ਹੈ ਹੁਣ ਮੈਂ ਚੱਲਦਾ ਫਿਰ ਮੈਨੂੰ ਕੰਮ ਹੈ ਟਾਟ ਦੇਖ ਲੈ ਜੱਗੇ ਬਾਈ ਦੇਖ ਲੈ ਕਿਵੇਂ ਭੋਲਾ ਬਣਦਾ ਗਾ ਇਹਨੂੰ ਤਾਂ ਆਇਆ ਵੀ ਇਹ ਕਿਹੜਾ ਪਿੰਡ 'ਚ ਰਹਿੰਦੇ ਨੇ ਵੀ ਤਾਂ ਕੱਢੇ ਹੋਏ ਨੇ ਪਿੰਡ 'ਚੋਂ ਆਪਾਂ ਨੂੰ ਸਾਰਾ ਪਤਾ ਵੀ ਇਹ ਕੀ ਕੁਛ ਕਰ ਰਿਹਾ ਠੰਡ ਰੱਖ ਬਾਈ ਪਾਣੀ ਤਾਂ ਪੁਲਾਂ ਦੇ ਥੱਲੋਂ ਦੀ ਲੰਘੂਗਾ ਗੱਲ ਤੂੰ ਸਹੀ ਕਹਿਣਾ ਆ ਜਾ ਐਕਸ਼ਨ ਵੀ ਮੇਰੀ ਗੱਲ ਸੁਣ ਸਾਰੇ ਪਿੰਡ ਦੇ ਵਿੱਚ ਤੋਏ ਤੋਏ ਹੋਈ ਪਈ ਆ ਵੀ ਥੂ ਥੂ ਹੋਈ ਪਈ ਆ ਸਾਰੇ ਪਿੰਡ ਦੇ ਵਿੱਚ ਕਹਿੰਦੇ ਹਰਮਾ ਦੀ ਸਰਪੰਚ ਨੇ ਗਾਟੀ ਸੱਟ ਹੱਦ ਹੋ ਗਈ ਨੀ ਕੀ ਹੱਦ ਹੋ ਗਈ ਨਾ ਤੈਨੂੰ ਕਿਹੜਾ ਕੰਜਰ ਕਹਿੰਦਾ ਨਾ ਦੱਸ ਵੀ ਕੰਜਰ ਨਾ ਕਹੇ ਨਾਲੇ ਕਿਸੇ ਪਿੰਡ ਦੇ ਬੰਦੇ ਨੂੰ ਫਾਲਤੂ ਨਾ ਬੋਲੀ ਗੱਲ ਤਾਂ ਪਿੰਡ ਚੋਂ ਹੀ ਪਤਾ ਲੱਗੀ ਹੁਣ ਬਾਹਰੋਂ ਥੋੜੀ ਚਿੱਠੀ ਪਾ ਗਿਆ ਕੋਈ ਨਹੀਂ ਮੈਂ ਇਹੋ ਜਿਹੀ ਤੀਵੀ ਨਹੀਂ ਹੈਗੀ ਮੈਂ ਤੈਨੂੰ ਦੱਸਾਂ ਮੈਂ ਇਹੋ ਜਿਹੀ ਨਹੀਂ ਹੈਗੀ ਵੀ ਹਾਂ ਕੋਈ ਕਿਸੇ ਨਾਲ ਗਾਟੀਆਂ ਪਾਉਂਦੀ ਫਿਰਦੀ ਆ ਨਹੀਂ ਮੇਰੀ ਗੱਲ ਸੁਣ ਫਿਰ ਸਰਪੰਚ ਸਾਡੇ ਪੈਰ ਨਹੀਂ ਪਾਉਂਦਾ ਤੇਰੇ ਹੀ ਕਿਉਂ ਆਉਂਦਾ ਬਾਰ ਬਾਰ ਨੀ ਪੜੀਏ ਇੱਕ ਤਾਂ ਮੇਰਾ ਅੱਗ ਲਾਉਣਾ ਨਾ ਸੁਭਾਅ ਇਹ ਜਿਹਾ ਵੀ ਹੱਸ ਖੇਡ ਕੇ ਬੋਲ ਲੈਂਦੀ ਆ ਸਾਰਿਆਂ ਨਾਲ ਲੋਕਾਂ ਦੇ ਪਤਾ ਨਹੀਂ ਕੀ ਮਿਰਚਾਂ ਲੜਦੀਆਂ ਨੇ ਕੀ ਢਿੱਡ ਦੁਖਦਾ ਮੇਰੀ ਗੱਲ ਸੂਣ ਪੈਂਦਾ ਲੋਕਾਂ ਦੇ ਢਿੱਡ ਦੁਖੇ ਨਾ ਮੇਰੀ ਗੱਲ ਸੁਣ ਬਿਨਾਂ ਗੱਲ ਤੋਂ ਤਾਂ ਹੱਸਿਆ ਵੀ ਨਹੀਂ ਜਾਂਦਾ ਆ ਮਾਏ ਦੇਖ ਲਾ ਆਏ ਆਏ ਕਰਕੇ ਨਗਦੀ ਆ ਤੇ ਮਾਏ ਕਿਉਂ ਹੱਸਦੀ ਜੇ ਕਿਤੇ ਆਏ ਆਏ ਕਰਕੇ ਆਏ ਫਿੱਟ ਹੋਵੇ ਨਾ ਉਹ ਇੱਥੇ ਹੀ ਦੰਦ ਨਿਕਲਦੇ ਨੇ ਨੀ ਮੈਂ ਤੈਨੂੰ ਕਹਿੰਦੀ ਆ ਵੀ ਤੂੰ ਬਾਲਾ ਨਾ ਬੋਲ ਮੈਂ ਤੈਨੂੰ ਦੱਸਾਂ ਹਾਂ ਕੀ ਨਾ ਬੋਲਾਂ ਕੋਈ ਨਾ ਦੂਸ਼ਾ ਲਈ ਜਾ ਨੀ ਮੇਰੀ ਗੱਲ ਸੁਣ ਮੇਰੀ ਗੱਲ ਦਾ ਗੁੱਸਾ ਨਾ ਕਰ ਹੁਣ ਦੇਖ ਆ ਤੇ ਆਹ ਹੱਸਣਾ ਸਮੋਸੇ ਸੇ ਫੜਾਉਣੇ ਆ ਕਦੇ 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 ਕਦੋੜੀਆਂ ਕਦੂੜੀਆਂ ਟੱਪਣੀਆਂ ਇਹ ਕੰਮ ਕੌਣ ਕਰਦਾ ਹੈ ਮੈਨੂੰ ਆਏ ਦੱਸ ਨੀ ਕਦੋੜੀਆਂ ਟੱਪਣ ਨੂੰ ਦੱਸ ਮੈਂ ਕੀ ਗਾਹਾਂ ਦੇ ਇੱਥੇ ਉਹ ਕਹਿੰਦੇ ਬਾਂਦਰ ਕਿਲਾ ਖੇਡਦੀਆਂ ਤੂੰ ਦੱਸ ਨਹੀਂ ਟੱਪੀ ਤੂੰ ਦੱਸ ਕਦੋੜੀ ਨਹੀਂ ਟੱਪੀ ਟੱਪੀ ਨਾ ਜਵਾਬ ਕਰ ਨੀ ਮੈਂ ਮਰ ਜਾ ਨੀ ਉਹ ਤਾਂ ਇੱਥੇ ਸਰਪੰਚ ਆਇਆ ਸੀ ਮੈਨੂੰ ਫਾਰਮ ਫੜਾਉਣਾ ਉਹ ਜਾਂਦਾ ਸੀ ਮੈਂ ਇੱਥੋਂ ਆਏ ਨੂੰ ਲੰਘ ਗਈ ਮੈਂ ਕਿਹਾ ਲੈ ਚਾਹ ਪੀ ਗਿਆ ਬਾਗ ਜੀ ਮੇਰੀ ਗੱਲ ਸੁਣ ਚਾਹ ਪੀਣ ਨੂੰ ਬੰਦਾ ਖੜਕੇ ਵੀ ਕਹਿ ਸਕਦਾ ਭਾਜੀ ਚਾਹ ਪੀ ਕੇ ਜਾਏ ਤੇ ਇਹਨੂੰ ਟੱਪਣ ਦੀ ਕੀ ਲੋੜ ਪਈ ਸੀ ਨਾਲੇ ਮੇਰੀ ਗੱਲ ਸੁਣ ਤੂੰ ਗੰਧੋਲੇ ਟੱਪੀ ਤਾਂ ਲੋਕਾਂ ਕੋਲੇ ਗੱਲ ਟੱਪੀ ਲੋਕਾਂ ਨੇ ਤੇਰੀਆਂ ਦੋ ਗੱਲਾਂ ਦੀ ਥਾਂ ਤੇ ਚਾਰ ਗੱਲਾਂ ਬਣਾਈਆਂ ਜੇ ਗੱਲ ਝੂਠਾ ਤਾਂ ਦੱਸ ਤੂੰ 100 ਦੀ ਇੱਕ ਦੱਸ ਮੈਨੂੰ ਕਿ ਕਿਹਾ ਕੀ ਨਹੀਂ ਆ ਕਿਹਦਾ ਬੇੜਾ ਬੈਠਾ ਤੂੰ ਮੇਰੀ ਗੱਲ ਸੁਣ ਲੈ ਬੇੜਾ ਤਾਂ ਬੈਠੂ ਪਤਾ ਨਹੀਂ ਨਾ ਬੈਠੂ ਪਰ ਮੈਂ ਤੈਨੂੰ ਇੱਕ ਗੱਲ ਕਹਿਣੀ ਆ ਦੇਖ ਤੈਨੂੰ ਸੌਂ ਲੱਗਿਆ ਠੀਕ ਆ ਜੇ ਤੂੰ ਮੇਰਾ ਨਾਂ ਲਵੇਂ ਚੱਲ ਜਮਾ ਨਹੀਂ ਤੇਰਾ ਨਾਂ ਲੈਂਦੀ ਮੈਂ ਤਾਂ ਦੇਖ ਤਾਂ ਨਹੀਂ ਤੈਨੂੰ ਕੁਛ ਕਹਿ ਰਹੀ ਹਨਾ ਵੀ ਚੱਲ ਮੇਰੀ ਤੇਰੀ ਬਣਦੇ ਨੇ ਮੈਂ ਹੁਣ ਪਾੜ ਕੇ ਵਿਚਦੀ ਲੰਘ ਜਾਂਦੀ ਹਾਂ ਪਾੜ ਤਾਂ ਮੈਂ ਵੀ ਦਿੰਦੀ ਤੇਰਾ ਐਡੀ ਕਿਹੜੀ ਗੱਲ ਆ ਮੈਂ ਕਿਤੇ ਘਟਾ ਮੈਂ ਖਾਂਗਾ ਨਹੀਂ ਦਿੰਦੀ ਕਿਸੇ ਨੂੰ ਪਰ ਤੂੰ ਮੇਰੀ ਗੱਲ ਸੁਣ ਗੱਲ ਮੁੱਦੇ ਤੇ ਆ ਜਾ ਦੇਖ ਮੈਂ ਤੇਰੇ ਕੋਲ ਨਾਂ ਤਾਂ ਦਿੰਦੀ ਆ ਲਾਏ ਬੰਦੇ ਦਾ ਪਰ ਜੇ ਤੂੰ ਮੇਰਾ ਨਾਂ ਲੈਤਾ ਫਿਰ ਤੈਨੂੰ ਮੇਰੇ ਸੁਭਾਅ ਦਾ ਪਤਾ ਹੀ ਆ ਮੈਂ ਤਾਂ ਲੀਰਾ ਲੀਰਾ ਕਰ ਦੂੰ ਸਾਰੇ ਭਾਂਡੇ ਖੰਡਿਆ ਦੂੰ ਨਾਲੇ ਚੱਲ ਤੂੰ ਮੈਨੂੰ ਦੱਸ ਓਏ ਖੁੜ ਜਾ ਪਾਸਾ ਪਾਸਾ ਜਾ ਦੇਖ ਲੈਣ ਤਾਂ ਪਤੀ ਹੁੰਦਾ ਲੋਕਾਂ ਮੈਨੂੰ ਤਾਂ ਉਹ ਨਹੀਂ ਹੈਗਾ ਸੁਕੜਿਆ ਜਾ ਨਿੰਮਾ ਹਾਂ ਉਹ ਦੱਸ ਕੇ ਗਿਆ ਫਿਰ ਮੇਰੇ ਘਰ ਤਾਂ ਭੈਣੇ ਉਹਨੇ ਸਾਰੀ ਗੱਲ ਦੱਸੀ ਮੈਂ ਤਾਂ ਇੰਨਾ ਪੜਦਾ ਪਾਇਆ ਮੈਂ ਕਿਤੇ ਸਾਡੇ ਜੱਗੇ ਨੂੰ ਪਤਾ ਲੱਗ ਜੇ ਗੱਲ ਜੇ ਉਹਨੂੰ ਪਤਾ ਲੱਗ ਗਈ ਹੁਣ ਤਾਂ ਤੁਹਾਡੇ ਘਰੇ ਮੈਨੂੰ ਪੈਰ ਨਹੀਂ ਪਾਉਣ ਦੇਣਾ ਤੇਰਾ ਬੇ ਬਹਿ ਜੇ ਬੇੜਾ ਤੇਰਾ ਮੈਂ ਤਾਂ ਜੱਗੇ ਤੋਂ ਗੱਲ ਚੋਰੀ ਰੱਖੀ ਆ ਵੀ ਚੋਰ ਜਨਾਨੀ ਦਾ ਪੜਦਾ ਜਨਾਨੀ ਕੋਲ ਠੀਕ ਆ ਜਿਹੜੀ ਗੱਲ ਢੱਕੀ ਰਹੇ ਕੰਜਰਾ ਹੁਣ ਤੈਨੂੰ ਦੱਸੋ ਮੈਂ ਪਤਾ ਫੇਰ ਉਹੀ ਗੋਈ ਜਿਹੜਾ ਮੈਂ ਤੈਨੂੰ ਦੱਸੂ ਪਰ ਫੇਰ ਲੜਾਈ ਪਊਗੀ ਜੇ ਕਦੀ ਆਇਆ ਨਾ ਸਾਡੇ ਘਰੇ ਹੁਣ ਦੇਖੀ ਨੂੰ ਬਹਾਨੇ ਨਾਲ ਕਿਵੇਂ ਕੁੱਟਦੀਆਂ ਮੈਂ ਆਹੋ ਇੱਥੇ ਤੋਂ ਆਏ ਜੇ ਜਾ ਤੇਰਾ ਮਾੜਾ ਮੋਟੋ ਆਏ ਹਾਏ ਵੀ ਪੜਦਾ ਰੱਖ ਨਹੀਂ ਇਹ ਜਾ ਕੁਛ ਨਹੀਂ ਹੈਗਾ ਕੀ ਤੂੰ ਵੀ ਐਵੇਂ ਮਾੜੀਆਂ ਗੱਲਾਂ ਸੋਚੀ ਜਾਣੀ ਮੈਂ ਤਾਂ ਦੱਸਾਂ ਮਾੜੀਆਂ ਕਾਹਨੂੰ ਸੋਚਦੀਆਂ ਮਾੜੀਆਂ ਕਾਹਨੂੰ ਸੋਚਦੀਆਂ ਆ ਸੱਚ ਤੂੰ ਪਾਉਣੀ ਆ ਪੜਦਾ ਠੀਕ ਹੈ ਪਰ ਇਹ ਪੜਦਾ ਪੁਰਦਾ ਨਹੀਂ ਰਹਿੰਦਾ ਹੁੰਦਾ ਅਸੀਂ ਮੇਰੀ ਗੱਲ ਸੁਣ ਮੈਂ ਨਾ ਇੰਨੀ ਹਿੰਮਤ ਕਰਕੇ ਸਰਪੰਚ ਵੋਟਾਂ 'ਚ ਜਿਤਾਇਆ ਸੀ ਤਾਂ ਉਹ ਮਾਣ ਤਾਣ ਰੱਖ ਲੈਂਦਾ ਆਹੋ ਤੇਰੀ ਕੱਲੀ ਦੀ ਵੋਟ ਨਹੀਂ ਜਿੱਤਿਆ ਅਸੀਂ ਤਾਂ ਪਾਗਲ ਸੀਗੇ ਜਿਹੜੇ ਇੱਥੇ ਸਾਈਕਲਾਂ ਤੇ ਜਾ ਕੇ ਉਹਨੂੰ ਵੋਟ ਪਾ ਕੇ ਆਏ ਤੇਰੀ ਨਹੀਂ ਜਿੱਤਿਆ ਮੈਨੂੰ ਪਤਾ ਹੁਣ ਵੀ ਤੇਰੀ ਨਾਲ ਹੀ ਜਿੱਤਣਾ ਉਹਨੇ ਨਹੀਂ ਮੈਂ ਸਾਰਾ ਪਿੰਡ ਇਕੱਠਾ ਕਰਤਾ ਸੀ ਮੈਂ ਤੈਨੂੰ ਦੱਸਾਂ ਹਾਂ ਉਹਨੂੰ ਜਿੱਤਿਆ ਹੁੰਦੀ ਮਾਰੀ ਨੇ ਆਹੋ ਹਾਂ ਮੈਨੂੰ ਸਾਰਾ ਪਤਾ ਤੜਕੇ ਉੱਠਣ ਸੌਣਾ ਹੈ
ਆਏ ਲੇ ਫੁਲੰਦੀ ਆਏ 3600 ਕੁਸ ਅਖੇ ਮਾਂ ਜੋ ਤਾਂ ਆ ਸਰਪੰਚ ਹੈ ਲਾਸੀ ਪਾ ਕੇ ਨਾ ਸਰਪੰਚ ਦੇ ਮਗਰ ਜੁੱਤਾਬਾਦ ਕਰਦੀਆਂ ਰੰਗਾਂ ਦੱਸ अजकल टाइम ही नहीं है भले का माए चाहिए देखा तो सही तो मेरे वाले चंद चढ़ा दे तू मेरी पंगा लगता तू मैं तू सारे पिंड भंडनी कर रखी ना भुनने खर्चा तू मैं दादे गल की होगी नहीं गल की होनी सी दस कर मूह कर मूह गल हूं बोल बोल कोई ठंड रख हूं एना कलोथ लै कट दे दस भाभी तू मेरी भाभी भी तू मेरी धर्म की मां भी मैं तेन की कहा भला केड़ी गल मैं कही है तेन शर्म चाहिए पिंड बंदे बारे गल कर मैं कोई गल नहीं की दस मैं कुछ कहा ला हूं तो मुकर दी है नाले तो कहनी सरपंच साढ़े तो आंदा है तेरे का तो आंदा ओ भाई जगे तू तो सियाना मैना तू तो माड़ा मोटा गल कर लगे सोच लंदा ओए मैं तो सरपंच साहब कही नहीं कुछ मैं तो इनू भी रोकया थी इहदे बारे मैनू पता नहीं भी इहने कहा गल इहने इनू चोती ओ नाले तुसीं किहे जिहे बंदे ने यकीन करदे हो पिंड दे ते जिहड़ा सारा दिन गलियां च गाउंदा रहिंदा है किहड़ा इह बंदा है जिहदे तुसीं यकीन करके मेरे ते ओ करदा है काम नहीं धंधा नहीं उहनू सारा दिन काले कछदा रहिंदा देखो भाई एक मिनट कटो इतने पता की है यार तू गल लमकाओ हां मुंडी का तू तो सुन ही नहीं ना कह भी देख मेनू पता जेड़ा कुछ कर दे कर लो थोड़े का ना बदनाम करो ना बदनाम करो रब दा वास्ता वाह वाह इतनी ना कह दा ला देख लो आज कल ता ना भला करन दा जमाना भी नहीं हैगा हैं जे असी किसी के घरे आने जाने काम कराने तो कहे काटिया ने जे असी घरे चुप करके बहना फिर कहें वोटा पा के चुप करके घरे बह गए वो अजकल का ना भला कर जमाना नहीं ये मेरा मालिका बख्श इन्होंने लोगों बस भाई बस हम जा चल जाओ बाबा जाओ